ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿੱਚ ਅਸੀਂ ਅੱਜ ਇਸ਼ਮੀਤ ਸਿੰਘ ਨੂੰ ਯਾਦ ਕੀਤਾ ਹੈ। ਇਹ ਉਸਦਾ ਜਨਮ ਦਿਹਾੜਾ। ਅੰਦਰ ਡਾਂਸਿੰਗ ਵੀ ਹੋਇਆ ਅਤੇ ਇੰਸਟਰੂਮੈਂਟਸ ਪਲੇਇੰਗ ਹੋਈ, ਸਿੰਗਿੰਗ ਹੋਈ। ਆਪਣੇ ਹੁਨਰ ਦੀ ਪੇਸ਼ਕਾਰੀ ਉਸਦੀ ਯਾਦ ਵਿੱਚ ਕੀਤੀ ਹੈ। ਔਰ ਇਹ ਕਿਉਂਕਿ ਸਿਖਲਾਈ ਵੀ ਉਹ ਬੜੀ ਸ਼ਿੱਦਤ ਨਾਲ ਕਰਦੇ ਨੇ ਅਤੇ ਸਿਖਲਾਈ ਦੇਣ ਵਾਲੇ ਮਾਹਰ ਵੀ ਉਹਨੂੰ ਬੜੀ ਮਿਹਨਤ ਨਾਲ ਕਰਾਉਂਦੇ ਨੇ। ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਐਡਾ ਮਹਾਨ ਗਾਇਕ, ਇੰਡੀਅਨ ਆਈਡਲ ਦਾ ਵਿਨਰ, ਔਰ ਉਸ ਤੋਂ ਬਾਅਦ ਇੰਨੀ ਉਹਨੇ ਵਿਸ਼ਵ ਖ੍ਯਾਤੀ ਲਈ ਜਿਹੜੀ ਥੋੜ੍ਹੇ ਸਮੇਂ ਦੇ ਵਿੱਚ। ਤੇਰੇ ਮੇਰੇ ਵਿੱਚ ਮੈਂ ਕੈਸਾ ਹੈ ਇਹ ਬੰਧਨ ਅਣਜਾਨਾ, ਕੈਸਾ ਹੈ ਇਹ ਬੰਧਨ ਅਣਜਾਨਾ। ਅੰਦਰ ਡਾਂਸ, ਇੰਸਟਰੂਮੈਂਟ ਪਲੇਇੰਗ, ਸਿੰਗਿੰਗ, ਬਹੁਤ ਕੁਛ। ਤੁਸੀਂ ਕੀ ਕੀਤਾ? ਸਿੰਗਿੰਗ। ਦੇਖੋ, ਜਿਹੜੇ ਬੱਚਿਆਂ ਕੋਲ ਟੇਲੈਂਟ ਹੈ ਉਹਨਾਂ ਦੇ ਟੇਲੈਂਟ ਨੂੰ ਕੋਈ ਨਹੀਂ ਰੋਕ ਸਕਦਾ। ਬੱਚਿਆਂ ਨੂੰ ਆਪਣੇ ਹਾਰਡਵਰਕ, ਖਾਸ ਤੌਰ 'ਤੇ ਜਦੋਂ ਗਾਇਕੀ ਦੀ ਗੱਲ ਕਰਦੇ ਹਾਂ ਤਾਂ ਰਿਆਜ਼ ਇੱਕ ਬੜੀ ਵੱਡੀ ਚੀਜ਼ ਹੈ। ਪ੍ਰੈਕਟਿਸ ਦੇ ਨਾਲ ਬੱਚੇ ਪਰਫੈਕਟ ਬਣਦੇ ਨੇ। ਬੱਚੇ ਲਾਈਕ ਆਲਮੋਸਟ 6 ਮੰਥਸ ਤੋਂ ਸਿੱਖ ਰਹੇ ਹੈ ਐਂਡ ਬਹੁਤ ਟ੍ਰਮੈਂਡਸ ਚੇਂਜ ਹੈ ਬੱਚਿਆਂ ਦੀ ਐਨਰਜੀ 'ਚ, ਬੋਡੀ ਲੈਂਗੁਏਜ। ਲਾਈਕ ਕੀ ਤੁਸੀਂ ਜੇ ਚਾਹੁੰਦੇ ਹੋ ਤੁਹਾਡੇ ਬੱਚੇ ਬਹੁਤ ਅੱਛਾ ਭੰਗੜਾ ਐਂਡ ਸਿੰਗਿੰਗ ਵਿੱਚ ਅੱਗੇ ਵਧਣ, ਤੁਸੀਂ ਜ਼ਰੂਰ ਇਸ਼ਮੀਤ ਅਕੈਡਮੀ ਜੁਆਇਨ ਕਰਾਓ। ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ ਆਪ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆਰ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਸੋ ਦੋਸਤੋ, ਇਸ ਵੇਲੇ ਲੁਧਿਆਣਾ ਸ਼ਹਿਰ ਦੇ ਅਸੀਂ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਇੱਥੇ ਅੱਜ ਬਹੁਤ ਹੀ ਸੋਹਣਾ ਇਵੈਂਟ ਕੀਤਾ ਜਾ ਰਿਹਾ ਇੱਕ ਸ਼ਾਮ ਇਸ਼ਮੀਤ ਦੇ ਨਾਮ ਤੋਂ, ਜਾਣਦੇ ਡਾਕਟਰ ਚਰਨ ਕਮਲ ਜੀ ਤੋਂ ਕਿ ਕਿਸ ਪ੍ਰਕਾਰ ਦੇ ਨਾਲ ਅੱਜ ਇਸ਼ਮੀਤ ਨੂੰ ਯਾਦ ਕੀਤਾ ਜਾ ਰਿਹਾ ਔਰ ਕਿਸ ਪ੍ਰਕਾਰ ਦੀ ਐਕਟੀਵਿਟੀਜ਼ ਅੱਜ ਹੋਈਆਂ ਨੇ ਇੱਥੇ। ਸਤਿ ਸ਼੍ਰੀ ਅਕਾਲ ਸਰ। ਜੀ ਜੀ ਦੋ ਸਾਹਿਬ, ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿੱਚ ਅਸੀਂ ਅੱਜ ਇਸ਼ਮੀਤ ਸਿੰਘ ਨੂੰ ਯਾਦ ਕੀਤਾ। ਇਹ ਉਸਦਾ ਜਨਮ ਦਿਹਾੜਾ, ਉਸਦੀ ਪਿਆਰੀ ਯਾਦ ਨੂੰ ਸਮਰਪਿਤ ਅੱਜ ਦੇ ਸਾਡੇ ਵਿਦਿਆਰਥੀਆਂ ਨੇ ਗਾਇਨ, ਨ੍ਰਿਤ ਅਤੇ ਵਾਦਨ ਦੇ ਖੇਤਰ ਵਿੱਚ ਆਪਣੇ ਹੁਨਰ ਦੀ ਪੇਸ਼ਕਾਰੀ ਉਸਦੀ ਯਾਦ ਵਿੱਚ ਕੀਤੀ ਹੈ। ਔਰ ਇਹ ਕਿਉਂਕਿ ਸਿਖਲਾਈ ਵੀ ਉਹ ਬੜੀ ਸ਼ਿੱਦਤ ਨਾਲ ਕਰਦੇ ਨੇ ਅਤੇ ਸਿਖਲਾਈ ਦੇਣ ਵਾਲੇ ਮਾਹਰ ਵੀ ਉਹਨੂੰ ਬੜੀ ਮਿਹਨਤ ਨਾਲ ਕਰਾਉਂਦੇ ਨੇ, ਇਸ ਕਰਕੇ ਉੱਚ ਮਿਆਰ ਦੀਆਂ ਪੇਸ਼ਕਾਰੀਆਂ ਹੋਈਆਂ ਨੇ ਜਿਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਜਿਹੜੇ ਨੇ ਸਾਡੇ ਨਾਲ ਜੁੜੀ ਹੋਈ ਸੰਸਥਾ ਗਲਾਡਾ ਹੈ, ਉਸਦੇ ਮਾਣਯੋਗ ਜਿਹੜੇ ਚੀਫ ਐਡਮਿਨਿਸਟ੍ਰੇਟਰ ਨੇ ਸ਼੍ਰੀ ਰਿਸ਼ੀ ਜੀ, ਸੰਦੀਪ ਰਿਸ਼ੀ ਜੀ, ਔਰ ਚੀਫ ਐਡਮਿਨਿਸਟ੍ਰੇਟਰ ਓਜਸਵੀ ਜੀ, IAS, ਇਹ ਸਾਰੇ ਜਿਹੜੇ IAS ਅਧਿਕਾਰੀ ਨੇ ਇਹ ਸਾਡੀ ਸੰਸਥਾ ਦੇ ਨਾਲ ਜੁੜੇ ਵੀ ਹੈਗੇ ਨੇ ਔਰ ਅੱਜ ਦੇ ਆਸਪੀਸ਼ੀਅਸ ਕਈਆਂ 'ਤੇ ਉਹਨਾਂ ਦਾ ਇੱਥੇ ਆਉਣ ਦੇ ਅਤੇ ਬੱਚਿਆਂ ਨੂੰ ਹੌਸਲਾ ਵਧਾਈ ਹੋਈ ਹੈ, ਉਹਨਾਂ ਦਾ ਮਾਣ ਵੀ ਵਧਿਆ ਅਤੇ ਉਹਨਾਂ ਨੂੰ ਇਹ ਹੋਇਆ ਕਿ ਇਹ ਸੰਸਥਾ ਜਿਹਦੇ ਨਾਲ ਅਸੀਂ ਜੁੜੇ ਹਾਂ ਇਹ ਚੰਗਾ ਕੰਮ ਕਰ ਰਹੀ ਹੈ। ਬੱਚਿਆਂ ਨੇ ਕੀ ਐਕਟੀਵਿਟੀਜ਼ ਅੰਦਰ ਕੀਤੀਆਂ? ਇਹਨਾਂ ਨੇ ਬੱਚਿਆਂ ਨੇ ਦੇਖੋ ਵਾਦਨ ਦੇ ਖੇਤਰ 'ਚ ਡਰਮਸ ਪਲੇਅ ਕੀਤੇ ਹੈ, ਕੀਬੋਰਡਸ ਪਲੇਅ ਕੀਤੇ ਹੈ, ਗਿਟਾਰਸ ਪਲੇਅ ਕੀਤੇ ਹੈ ਔਰ ਗਾਇਨ ਦੇ ਖੇਤਰ 'ਚ ਲਾਈਵ ਅਤੇ ਕਰਿਓਕੇ ਦੇ ਨਾਲ ਉਹਨਾਂ ਦੀ ਗਾਇਨ ਹੋਇਆ ਔਰ ਇਸੇ ਤਰ੍ਹਾਂ ਹੀ ਵੱਖ ਵੱਖ ਤਰ੍ਹਾਂ ਦੇ ਜਿਹੜੇ ਤਕਨੀਕੀ ਤੌਰ 'ਤੇ ਜਿਹੜੇ ਨ੍ਰਿਤ ਨੇ ਉਹ ਪੇਸ਼ ਹੋਏ ਨੇ ਔਰ ਸਾਰੇ ਤਰ੍ਹਾਂ ਦੇ ਜਿਹੜੇ ਪੇਸ਼ਕਾਰੀਆਂ ਸੀਗੀਆਂ ਉਹ ਇਸ਼ਮੀਤ ਨੂੰ ਸਮਰਪਿਤ ਸੀਗੀਆਂ। ਧੰਨਵਾਦ ਜੀ। ਹਾਂਜੀ, ਕੀ ਨਾਮ ਤੁਹਾਡਾ? ਹਰਸ਼ੀਨ ਕੌਰ। ਹਰਸ਼ੀਨ ਜੀ, ਕਿੱਦਾਂ ਦਾ ਰਿਹਾ ਇਹਦਾ ਪ੍ਰੋਗਰਾਮ? ਬਹੁਤ ਵਧੀਆ ਸੀਗਾ, ਬਹੁਤ ਕੁਛ ਸਾਨੂੰ ਮਿਲਿਆ ਸੁਣਨ ਨੂੰ ਵੀ ਅਤੇ ਹੋਰ ਵੀ ਬਹੁਤ ਕੁਛ ਮਿਲਿਆ। ਕੀ ਕੀ ਐਕਟੀਵਿਟੀਜ਼ ਹੋਈਆਂ ਅੰਦਰ? ਅੰਦਰ ਡਾਂਸਿੰਗ ਵੀ ਹੋਇਆ ਅਤੇ ਇੰਸਟਰੂਮੈਂਟਸ ਪਲੇਇੰਗ ਹੋਈ, ਸਿੰਗਿੰਗ ਹੋਈ। ਕੀ ਗੀਤ ਆਪਣੇ ਗਾਏ ਅੰਦਰ? ਤੇਰੇ ਮੇਰੇ ਵਿੱਚ ਮੈਂ,
ਤੇਰੇ ਮੇਰੇ ਬੀਚ ਮੇ ਤੇਰੇ ਮੇਰੇ ਬੀਚ ਮੇ ਕੈਸਾ ਹੈ ਯੇ ਬੰਧਨ ਅਨਜਾਨਾ ਕੈਸਾ ਹੈ ਯੇ ਬੰਧਨ ਅਨਜਾਨਾ ਮੈਨੇ ਨਹੀਂ ਜਾਣਾ ਤੂਨੇ ਨਹੀਂ ਜਾਣਾ ਕਿਰਮ ਝਿਮਕੇ ਗੀਤ ਸਾਵਨ ਗਾਏ ਕਿਰਮ ਝਿਮਕੇ ਗੀਤ ਸਾਵਨ ਗਾਏ ਹਾਏ ਭੀਗੀ ਭੀਗੀ ਰਾਤੋਂ ਮੇਂ ਹੋਠੋਂ ਪੇ ਬਾਤ ਦਿਲ ਕੀ ਆਏ ਹਾਏ ਭੀਗੀ ਭੀਗੀ ਰਾਤੋਂ ਮੇਂ ਰਾਸ਼ੀ ਕਿੱਦਾਂ ਰਿਹਾ ਪ੍ਰੋਗਰਾਮ ਫੰਕਸ਼ਨ ਬਹੁਤ ਵਧੀਆ ਹੋਇਆ ਜੀ ਕੀ ਐਕਟੀਵਿਟੀਜ਼ ਹੋਈਆਂ ਅੰਦਰ ਡਾਂਸ ਇੰਸਟਰੂਮੈਂਟ ਪਲੇਇੰਗ ਸਿੰਗਿੰਗ ਬਹੁਤ ਕੁਛ ਤੁਸੀਂ ਕੀ ਕੀਤਾ ਸਿੰਗਿੰਗ ਕੀ ਸੁਣਾਇਆ ਮੈਂ ਅੱਖੀਆਂ ਉਡੀਕਦੀਆਂ ਸੌਂਗ ਜ਼ਰੂਰ ਤੇਰੇ ਬਾਜੂ ਦਿਲ ਦੇ ਅਮੇਰ ਮਵੇ ਤੇਰੇ ਬਾਜੂ ਦਿਲ ਦੇ ਅਮੇਰ ਮਵੇ ਸਾਡਾ ਜੂਣਾ ਕਿਹੜੀ ਚੱਜਦਾ ਏ ਤੇਰੇ ਬਾਜੂ ਦਿਲ ਦੇ ਅਮੇਰ ਮਵੇ ਸਾਡਾ ਜੂਣਾ ਕਿਹੜੀ ਚੱਜਦਾ ਏ ਮੇਰੀ ਲੂਲੂ ਵਿੱਚ ਮੇਰੀ ਨਸ ਨਸ ਵਿੱਚ ਮੇਰੀ ਲੂਲੂ ਵਿੱਚ ਮੇਰੀ ਨਸ ਨਸ ਵਿੱਚ ਤੇਰੀ ਯਾਦ ਦਾ ਤੂੰਬਾ ਵੱਜਦਾ ਆ ਜਾ ਅੱਖੀਆਂ ਉੜੇਕਦੀਆਂ ਦਿਲ ਵਜਾ ਮਾਰਦਾ ਆਜਾ ਪਰਦੇਸਿਆਂ ਵਾਸਤਾ ਈ ਪਿਆਰ ਦਾ ਆਜਾ ਤੈਨੂੰ ਅੱਖੀਆਂ ਉਡੀਕਦੀਆਂ ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ ਹੋਰ ਕੋਈ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਐਡਾ ਮਹਾਨ ਗਾਇਕ ਇੰਡੀਅਨ ਆਈਡਲ ਦਾ ਵਿਨਰ ਔਰ ਉਸ ਤੋਂ ਬਾਅਦ ਇੰਨੀ ਉਹਨੇ ਵਿਸ਼ਵ ਖਿਆਤੀ ਲਈ ਜਿਹੜੀ ਥੋੜ੍ਹੇ ਸਮੇਂ ਦੇ ਵਿੱਚ ਬਹੁਤ ਯੰਗ ਏਜ ਦੇ ਵਿੱਚ ਸਾਡੇ ਤੋਂ ਰੁਖਸਤ ਹੋ ਗਿਆ ਪਰ ਉਸਨੇ ਇਸ ਪੂਰੇ ਰੀਜਨ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਆਪਣਾ ਨਾਮ ਬਣਾਇਆ ਆਪਣੀ ਗਾਇਕੀ ਦੇ ਕਰਕੇ ਔਰ ਬਹੁਤ ਹੀ ਸਵੀਟ ਆਵਾਜ਼ ਬੜੀ ਮਤਲਬ ਦਿਲ ਨੂੰ ਛੂਹਣ ਵਾਲੀ ਆਵਾਜ਼ ਅਤੇ ਅੱਜ ਉਹਦਾ ਜਨਮਦਿਨ ਅੱਜ ਮਨਾਇਆ ਜਾ ਰਿਹਾ ਇੱਥੇ ਸ਼ਮੀਤ ਯਾਦਗਾਰੀ ਆਡੀਟੋਰੀਅਮ ਦੇ ਵਿੱਚ ਸੋ ਮੈਂ ਅੱਜ ਇੱਥੇ ਸ਼ਾਮਿਲ ਹੋ ਰਿਹਾ ਜਸਵੀ ਜੀ ਮੇਰੇ ਨਾਲ ਨੇ ਅਸੀਂ ਇਕੱਠੇ ਔਰ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਪ੍ਰਾਂਗਣ ਦੇ ਵਿੱਚ ਆਡੀਟੋਰੀਅਮ ਦੇ ਵਿੱਚ ਆਏ ਹਾਂ ਔਰ ਉਹਦਾ ਜਨਮਦਿਨ ਮਨਾਵਾਂਗੇ ਅੱਜ ਉਸ ਵਿਛੜੀ ਹੋਈ ਰੂਹ ਨੂੰ ਯਾਦ ਕਰਾਂਗੇ ਜਿਸਨੇ ਇਸ ਖਿੱਤੇ ਨੂੰ ਬੜਾ ਆਪਣਾ ਨਾਮ ਰੁਸ਼ਨਾਇਆ ਆਪਣਾ ਰੁਸ਼ਨਾਇਆ ਆਪਣੇ ਪਰਿਵਾਰ ਦਾ ਰੁਸ਼ਨਾਇਆ ਆਪਣੇ ਦੋਸਤਾਂ ਮਿੱਤਰਾਂ ਦਾ ਆਪਣੇ ਸ਼ਹਿਰ ਦਾ ਨਾਮ ਰੁਸ਼ਨਾਇਆ ਅਸੀਂ ਅੱਜ ਉਸਨੂੰ ਸਾਰੇ ਯਾਦ ਕਰਦੇ ਹਾਂ ਔਰ ਵਿਸ਼ ਕਰਦੇ ਹਾਂ ਕਿ ਪਰਮਾਤਮਾ ਚਾਹੇ ਉਹਨੂੰ ਬਹੁਤ ਛੋਟੀ ਉਮਰ 'ਚ ਸਾਡੇ ਤੋਂ ਲੈ ਗਏ ਲੇਕਿਨ ਇਹ ਕਿ ਜਿੱਥੇ ਵੀ ਉਹ ਇਸ ਵੇਲੇ ਜਿਸ ਦੂਸਰੇ ਜਹਾਨ ਦੇ ਵਿੱਚ ਹੈ ਉੱਥੇ ਵੀ ਉਹਨਾਂ ਦੀ ਖੁਸ਼ਬੂ ਜਿਹੜੀ ਆ ਉਹ ਜਿਸ ਤਰ੍ਹਾਂ ਇੱਥੇ ਖੁਸ਼ਬੂ ਖਲੇਰ ਕੇ ਗਏ ਨੇ ਉਸੇ ਤਰੀਕੇ ਨਾਲ ਉੱਥੇ ਆਪਣੀ ਖੁਸ਼ਬੂ ਜਿਹੜੀ ਨਾ ਲੋਕਾਂ ਨੂੰ ਦੇ ਰਹੇ ਹੋਣਗੇ ਸਰ ਯੰਗ ਦੇਖੋ ਜਿਹੜੇ ਬੱਚਿਆਂ ਕੋਲ ਟੇਲੈਂਟ ਹੈ ਉਹਨਾਂ ਦੇ ਟੇਲੈਂਟ ਨੂੰ ਕੋਈ ਨਹੀਂ ਰੋਕ ਸਕਦਾ ਬੱਚਿਆਂ ਨੂੰ ਆਪਣੇ ਹਾਰਡਵਰਕ ਖਾਸ ਤੌਰ 'ਤੇ ਜਦੋਂ ਗਾਇਕੀ ਦਾ ਕੰਮ ਗਾਇਕੀ ਦੀ ਗੱਲ ਕਰਦੇ ਹਾਂ ਤਾਂ ਰਿਆਜ਼ ਇੱਕ ਬੜੀ ਵੱਡੀ ਚੀਜ਼ ਹੈ ਪ੍ਰੈਕਟਿਸ ਦੇ ਨਾਲ ਬੱਚੇ ਪਰਫੈਕਟ ਬਣਦੇ ਨੇ ਸੋ ਬੱਚਿਆਂ ਨੂੰ ਆਪਣਾ ਰਿਆਜ਼ ਜਿਹੜਾ ਉਹ ਬਿਲਕੁਲ ਮੁਕੰਮਲ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਔਰ ਆਪਣੇ ਆਪ 'ਚ ਵਿਸ਼ਵਾਸ ਆਪਣੇ ਪਰਮਾਤਮਾ 'ਚ ਵਿਸ਼ਵਾਸ ਰੱਖਣਾ ਚਾਹੀਦਾ ਔਰ ਬੁਲੰਦੀਆਂ ਜਿਹੜੀਆਂ ਤੁਹਾਨੂੰ ਸਫਲਤਾ ਦੀ ਬੁਲੰਦੀਆਂ ਜ਼ਰੂਰ ਮਿਲਣਗੀਆਂ ਥੈਂਕ ਯੂ ਜੀ ਹਾਂਜੀ ਸਰ ਸਾਰਿਆਂ ਨੂੰ ਬਹੁਤ ਪਿਆਰ ਵਾਲਾ ਸਤਿ ਸ਼੍ਰੀ ਅਕਾਲ ਅੱਜ ਅਸੀਂ ਸਰਦਾਰ ਅਸ਼ਮੀਤ ਸਿੰਘ ਜੀ ਜਿਹੜੇ
ਜਿਨ੍ਹਾਂ ਬਾਰੇ ਮਤਲਬ ਸਾਨੂੰ ਸਾਰਿਆਂ ਨੂੰ ਪਤਾ, ਪੂਰੇ ਸਿਰਫ ਪੰਜਾਬ ਦੀ ਗੱਲ ਨਹੀਂ, ਪੂਰੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਉਹਨਾਂ ਨੇ ਆਪਣਾ ਨਾਮ ਨਾ ਕੱਟਿਆ। ਸੋ ਅਸੀਂ ਉਹਨਾਂ ਨੂੰ ਅੱਜ ਯਾਦ ਕਰ ਰਹੇ ਹਾਂ, ਅਤੇ ਯਾਦ ਦੇ ਨਾਲ ਨਾਲ ਇੱਕ ਇੰਸਪੀਰੇਸ਼ਨ, ਜਿਹੜੇ ਕਿ ਯੰਗ ਜਿਹੜੇ ਬੱਚੇ ਇੱਥੇ ਹੁਣ ਤੁਸੀਂ ਦੇਖ ਰਹੇ ਹੋ, ਅਸੀਂ ਅਸ਼ਮੀਤ ਅਕੈਡਮੀ 'ਚ ਹੀ ਖੜ੍ਹੇ ਹਾਂ। ਪੰਜਾਬ ਸਰਕਾਰ ਦੇ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ 2011 'ਚ ਇਹਦਾ ਇਨੋਗਰੇਸ਼ਨ ਜਦੋਂ ਹੋਈ ਸੀਗੀ, ਕਿ ਜਿਹੜੇ ਯੰਗ ਬੱਚੇ ਨੇ ਉਹਦੇ ਟੈਲੈਂਟ ਨੂੰ ਆਪਾਂ ਨਰਚਰ ਕਰੀਏ, ਛੋਟੀ ਉਮਰ 'ਚੋਂ ਹੀ ਉਹਨਾਂ ਨੂੰ ਇੱਕ ਜਿਹੜੀ ਤਲੀਮ, ਜਿਹੜੀ ਇੱਕ ਰਿਆਜ਼, ਜਿਹੜਾ ਜੇਕਰ ਉਹਨਾਂ ਦੇ ਕੋਲ ਟੈਲੈਂਟ ਹੈਗਾ ਤਾਂ ਉਹਨੂੰ ਨਰਚਰ ਕਰੀਏ, ਨਹੀਂ ਤਾਂ ਉਹਨਾਂ ਨੂੰ ਉਸ ਪ੍ਰੇਰਣਾ ਦਵਾਈਏ ਕਿ ਤੁਸੀਂ ਵੀ ਦੇਖੋ ਇੱਕ ਅਸ਼ਮੀਤ ਜੀ ਸਾਡੇ ਇੱਥੇ ਦੇ ਇੱਕ ਨੌਜਵਾਨ ਬੱਚੇ ਜਿਹੜੇ ਇੰਨੀ ਛੋਟੀ ਉਮਰ 'ਚ ਇੰਨੀ ਖਿਆਤੀ ਪਾ ਸਕਦੇ ਸੀਗੇ। ਸੋ ਮੈਨੂੰ ਲੱਗਦਾ ਕਿ ਇਹੋ ਜਿਹਾ ਟੈਲੈਂਟ ਪੰਜਾਬ ਦੀ ਧਰਤੀ 'ਚ ਆਪਾਂ ਨੂੰ ਨਰਚਰ ਕਰਨਾ ਹੀ ਚਾਹੀਦਾ। ਸੋ ਇਹਦੀ ਇੱਕ ਸ਼ੁਰੂਆਤ ਇਹ ਹੋਈ ਸੀਗੀ ਦੇਰੀ 2011 ਦੇ ਵਿੱਚ, ਅਤੇ ਬਹੁਤ ਹੀ ਸ਼ਲਾਘਾਯੋਗ ਕੰਮ ਇੱਥੇ ਕੀਤਾ ਜਾ ਰਿਹਾ। ਸੋ ਅਸੀਂ ਤਾਂ ਇਹੀ ਮੈਸੇਜ ਸਾਰਿਆਂ ਨੂੰ ਦਵਾਉਣਾ ਚਾਹੁੰਦੇ ਹਾਂ ਕਿ ਅੱਜ ਅਸੀਂ ਉਹਨਾਂ ਨੂੰ ਯਾਦ ਵੀ ਕਰਦੇ ਹਾਂ ਅਤੇ ਸਾਰਿਆਂ ਨੂੰ ਅਪੀਲ ਵੀ ਕਰਦੇ ਹਾਂ ਕਿ ਆਪਾਂ ਉਹਨਾਂ ਤੋਂ ਪ੍ਰੇਰਣਾ ਲਈਏ ਕਿ ਉਸ ਉਹਨਾਂ ਤਰੀਕੇ ਨਾਲ ਆਪਣੇ ਜਿਹੜਾ ਟੈਲੈਂਟ ਹੈ ਉਹਨੂੰ ਬਿਲਕੁਲ ਅੰਤਰਰਾਸ਼ਟਰੀ ਪੱਧਰ 'ਤੇ, ਸਿਰਫ ਪੰਜਾਬ ਸੂਬੇ ਦੇ ਸੂਬੇ ਦੀ ਗੱਲ ਨਹੀਂ, ਪੂਰੇ ਇੰਡੀਆ ਦਾ ਪੂਰਾ ਨਾਮ ਪੂਰੇ ਵਿਸ਼ਵ ਦੇ ਵਿੱਚ ਕਮਾਈਏ। ਤਾਂ ਬਹੁਤ ਬਹੁਤ ਧੰਨਵਾਦ। My name is Arjun Singh Malvi. ਕੀ ਕੀਤਾ ਤੁਸੀਂ? I've been learning Bhangra for 6 months and I love Bhangra. ਬੇਟਾ ਇਹ ਦੇਖ ਕੇ। I'm being ਕਿੰਨਾ ਦਰਿਆ ਮੈਂ ਇੱਕ ਸ਼ਾਮ ਸ਼ਮੀਤ ਦੇ ਨਾਲ ਬਹੁਤ ਵਧੀਆ ਬੱਚੇ ਲਾਈਕ ਆਲਮੋਸਟ 6 ਮੰਥਸ ਤੋਂ ਸਿੱਖ ਰਹੇ ਹੈ ਐਂਡ ਬਹੁਤ ਟ੍ਰਮੈਂਡਸ ਚੇਂਜ ਹੈ ਬੱਚਿਆਂ ਦੀ ਐਨਰਜੀ 'ਚ, ਬੋਡੀ ਲੈਂਗੁਏਜ, ਲਾਈਕ ਪੂਜਾ ਮੈਮ ਬਹੁਤ ਵਧੀਆ ਸਿਖਾ ਰਹੇ ਹੈ ਕੀਤਾ ਬੱਚੇ ਭੰਗੜਾ। ਹਾਂਜੀ ਠੀਕ ਹੈ, ਕੀ ਕਹਿਣਾ ਚਾਹੁੰਦੇ ਬਾਕੀ ਪੇਰੈਂਟਸ? ਜਿਹੜੇ ਵੀ ਬੱਚਿਆਂ ਨੂੰ ਡਾਂਸ ਸਿਖਾਉਣਾ ਚਾਹੁੰਦੇ ਆ ਜਾਂ ਜਿਹੜੇ ਐਂਥੂਜ਼ੀਆਸਟਿਕ ਹੈ ਬੱਚੇ, ਉਹਨਾਂ ਨੂੰ ਜ਼ਰੂਰ ਆਉਣਾ ਚਾਹੀਦਾ, ਜ਼ਰੂਰ ਜੁਆਇਨ ਕਰਨਾ ਚਾਹੀਦਾ ਹੈ ਅਸ਼ਮੀਤ ਸਿੰਘ ਇੰਸਟੀਟਿਊਟ। ਆਈ ਲਾਈਕ ਭੰਗੜਾ। ਅਨਮੋਲਦੀਪ ਕੌਰ। ਬਹੁਤ ਅੱਛੀ ਪਰਫੋਰਮੈਂਸ ਸੀ, ਪੂਜਾ ਮੈਮ ਇਜ਼ ਦ ਬੈਸਟ। ਉਹ ਪਿਛਲੇ 6 ਮਹੀਨੇ ਤੋਂ ਬੱਚਿਆਂ 'ਤੇ ਇੰਨੀ ਮਿਹਨਤ ਕਰ ਰਹੇ ਹੈ ਨਾ, ਅਤੇ ਸਾਨੂੰ ਰਿਜ਼ਲਟ ਦੇਖਣ ਨੂੰ ਮਿਲਿਆ ਅੱਜ, ਅਤੇ ਵੀ ਆਰ ਗ੍ਰੇਟਫੁਲ ਕਿ ਸਾਡੇ ਬੱਚਿਆਂ ਨੇ ਅਸ਼ਮੀਤ ਅਕੈਡਮੀ ਜੁਆਇਨ ਕੀਤੀ। ਕਿੱਦਾਂ ਦੀ ਪਰਫੋਰਮੈਂਸ? ਬਹੁਤ ਐਕਸਟ੍ਰੀਮਲੀ ਵੈਰੀ ਵੈਲ ਪ੍ਰਿਪੇਅਰਡ, ਅਤੇ ਮਜ਼ਾ ਆ ਗਿਆ ਦੇਖ ਕੇ। ਬਾਕੀ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਕਿ ਤੁਸੀਂ ਜੇ ਚਾਹੁੰਦੇ ਹੋ ਤੁਹਾਡੇ ਬੱਚੇ ਬਹੁਤ ਅੱਛਾ ਭੰਗੜਾ ਐਂਡ ਸਿੰਗਿੰਗ ਵਿੱਚ ਅੱਗੇ ਵਧਣ, ਤੁਸੀਂ ਜ਼ਰੂਰ ਅਸ਼ਮੀਤ ਅਕੈਡਮੀ ਜੁਆਇਨ ਕਰਾਓ। ਸੋ ਦੋਸਤੋ, ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਧਰਮਾ ਅਰੋੜਾ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ, ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ।